ਨਸ਼ ਕੋਰੇ ਤੋਂ ਬਾਅਦ ਤੁਹਾਡਾ ਸਭ ਦਾ ਪਰਪਰ ਸਵਾਗਤ ਹੈ ਸੋ ਵਿਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਨਮਾਨ ਵਜੂ ਦਿੱਤਾ ਗਿਆ ਦਰਬਾਰ ਸਾਹਿਬ ਦਾ ਮਾਡਲ ਮੋਦੀ ਸਰਕਾਰ ਨੇ ਨਿਲਾਮੀ ਤੇ ਲਾਇਆ ਹੋਇਆ ਹੈ ਔਰ ਇਸ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਕਾਫੀ ਰੋਸ ਹੈ ਔਰ ਇਸ ਸੰਬੰਧੀ ਸਾਡੀ ਪੈਨ ਕਿਰਨ ਜੋਤ ਕੁਰਾਨ ਨੇ ਸਾਨੂੰ ਲਿਖ ਜੜੀ ਭੇਜੀ ਹੈ ਉਹ ਤੋਂ ਨਾ ਸਾਂਝੀ ਕਰਾਂਗੇ ਔਰ ਨਾਲ ਹੀ ਦਰਬਾਰ ਸਾਹਿਬ ਤੇ ਹੈਲੀਕਾਪਟਰਾਂ ਦੀ ਫੁੱਲਾਂ ਦੀ ਵਰਖਾ ਅਤੇ ਕੁਝ ਹੋਰ ਜਿਹੜੇ ਵੱਧ ਰਹੀ ਪੌਪ ਲੀਲਾ ਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਜਿਹੜੇ ਚਰਚਾ ਹੈ ਕਿ ਸਿੱਖ ਗੁਰਦੁਆਰਿਆਂ ਵਿੱਚ ਜਿਹੜੇ ਹਿੰਦੂ ਤਵੀ ਮੰਦਰਾਂ ਵਾਲੀ ਸ਼ੋਭਾਜ਼ੀ ਜਿਹੜੀ ਉਹ ਵੱਧਦੀ ਜਾ ਰਹੀ ਹੈ ਜਦੋਂ ਕਿ ਖਾਲਸਾਈ ਰਵਾਇਤਾਂ ਦਾ ਕਾਣ ਕੀਤਾ ਜਾ ਰਿਹਾ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਦੋਸਤਾਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲੈਣ ਲਿਖ ਲੈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਦਰਸਭ ਕੀ ਕਰਨਾ ਚਾਹੋਗੇ ਅ ਦੇਖੋ ਪਿਛਲੇ ਦਿਨਾਂ 'ਚ ਇੱਕ ਖਬਰ ਬੜੀ ਚਰਚਾ ਦਾ ਵਿਸ਼ਾ ਰਹੀ ਵੈਸੇ ਉਸ ਦੇ ਉੱਤੇ ਅਸੀਂ ਇੱਕ ਸੈਗਮੈਂਟ ਕੀਤਾ ਵੀ ਸੀ ਔਰ ਉਹ ਖਬਰ ਸੀ ਕਿ ਜੀ ਜਿਹੜੇ ਤੋਹਫੇ ਨਰਿੰਦਰ ਮੋਦੀ ਨੂੰ ਮਿਲੇ ਨੇ ਉਹਨਾਂ ਦੀ ਨਿਲਾਮੀ ਔਰ ਉਹ ਪੈਸਾ ਜਿਹੜਾ ਹੈ ਉਹਨਾਂ ਦੇ ਪ੍ਰਾਈਮ ਮਿਨਿਸਟਰ ਫੰਡ ਚ ਜਿਹੜਾ ਜਨਤਕ ਕਮਾ ਲਈ ਆ ਉਹਦੇ ਚ ਜਮ੍ਹਾਂ ਕਰਵਾਇਆ ਜਾਏਗਾ ਅੱਛਾ ਹਾਲਾਂ ਇਹ ਵੀ ਇਹ ਆਊਟ ਆਫ ਡਿਫੈਂਸ ਨਿਕਲੀ ਗੱਲ ਸੀ ਉਹਨਾਂ ਦੀ ਕਿਉਂਕਿ ਜਦੋਂ ਪ੍ਰੈਜ਼ੀਡੈਂਟ ਓਬਾਮਾ ਦਿੱਲੀ ਗਿਆ ਇੰਡੀਆ ਦੀ ਵਿਜ਼ਿਟ ਤੇ ਵੇੜੇ ਉਦੋਂ ਮੋਦੀ ਨੇ ਇੱਕ ਖਾਸ ਡਿਜ਼ਾਈਨਰ ਸੂਟ ਜਿਹੜਾ ਬਣਵਾਇਆ ਪਤਨ ਕਿੰਨੇ ਲੱਖ ਦਾ ਉਸ ਵੜੇ ਉਹਦਾ ਬਿੱਲ ਸੀ ਉਸ ਦੇ ਉੱਤੇ ਉਤੋਂ ਥੱਲੇ ਤੱਕ ਨਮਾ 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 ਨਰਿੰਦਰ ਮੋਦੀ ਨਰਿੰਦਰ ਮੋਦੀ ਲਿਖਿਆ ਹੋਇਆ ਸੀ ਹਮ ਔਰ ਉਹ ਬੜੇ ਬੱਟਫ ਜੋਕਸ ਵੀ ਔਰ ਓਬਾਮਾ ਨੇ ਤਾਂ ਉਹੀ ਦੋ ਚਾਰ ਕਮੀਜ਼ਾ ਸੂਟ ਜਿਹੜੇ ਸੀ ਉੱਥੇ ਜਿਹੜਾ ਉਹ ਮਿਸ਼ਲ ਵਿਊ ਦੇ ਨਾਲ ਸੀ ਮੀਂਹ ਭਿਜਦਿਆਂ ਦੀ ਛਤਰੀ ਵੀ ਉਹਨੇ ਹੀ ਫਾੜ ਲਈ ਉਹਨੇ ਉਸ ਤਰ੍ਹਾਂ ਦਾ ਉਸ ਦਾ ਔਰ ਉਦੋਂ ਬਹੁਤ ਜ਼ਿਆਦਾ ਇਸ ਗੱਲ ਦੇ ਉੱਤੇ ਹੋਇਆ ਕਿ ਵੀ ਇਹ ਪੈਸਾ ਦਰਜੀ ਨੂੰ ਦਿੱਤਾ ਗਿਆ ਔਰ ਇਸ ਕਿਸਮ ਦਾ ਘਟਿਆਪਣ ਅਹਿਸਾਸੇ ਕਮਤਰੀ ਵੀ ਨਮੂ ਨਮੂ ਲਿਖਿਆ ਹੈ ਨਰਿੰਦਰ ਮੋਦੀ ਨਰਿੰਦਰ ਮੋ ਬਣਦਾ ਹੀ ਨਮੂ ਹੈ ਨਰਿੰਦਰ ਮੋਦੀ ਹੋੜੇ ਨਾਲ ਹੀ ਹਾਂਜੀ ਔਰ ਉਹਦੇ ਤੋਂ ਬਾਅਦ ਕਿਸੇ ਨੇ ਕਿਹਾ ਹੋਣਾ ਕਿ ਵੀ ਇਹ ਤਾਂ ਤੇਰਾ ਬਦਨਾਮੀ ਦਾ ਥਾਂ ਬਣ ਜਾਏਗਾ ਔਰ ਉਦੋਂ ਕੁਝ ਮਹੀਨਿਆਂ ਬਾਅਦ ਇਹ ਹੋਇਆ ਕਿ ਜੀ ਨਰਿੰਦਰ ਮੋਦੀ ਨੇ ਜਿਹੜਾ ਉਹ ਸੂਟ ਪਹਿਨੇ ਸੀ ਉਨੇ ਉਹ ਆਕਸ਼ਨ ਤੇ ਲਾਇਆ ਤੇ ਫਲਾਣੇ ਗੁਜਰਾਤੀ ਨੇ ਪਤਾ ਨਹੀਂ ਕਿੰਨੇ ਹੋਰ ਲੱਖ ਦੇ ਵਿੱਚ ਖਰੀਦ ਲਿਆ ਜੀ ਇਹ ਮੇਰੀ ਗਿਫਟ ਹੈ ਉਹ ਰੁਪਿਆਸਾ ਉਹਨੇ ਇਨਫੈਕਟ ਉਸ ਤੋਂ بچਣ ਨੂੰ ਕੀਤਾ ਹੁਣ ਇੱਕ ਪਾਸੇ ਤੁਸੀਂ ਮੁਲਕ ਸਾਰਾ ਲੁੱਟ ਕੇ ਖਾ ਗਏ ਹੋ ਉਹਨਾਂ ਗੁਜਰਾਤੀ ਚੋਰਾ ਨੂੰ ਕੋਈ ਮਲਾਇਆ ਕੋਈ ਲਲਤ ਮੋਦੀ ਕੋਈ ਆ ਉਹ ਹੈਡਨਬਰਗ ਰਿਪੋਰਟ ਤੁਸੀਂ ਦੇਖ ਲਓ ਅਡਾਨੀਆਂ ਨੇ ਜਾਂ ਦੂਜਾ ਸਾਰਾ ਮੁਲਕ ਵੇਚ ਦਿੱਤਾ ਪਰ ਦੂਸਰੇ ਪਾਸੇ ਤੁਸੀਂ ਆਪਣੀ ਇਮਾਨਦਾਰੀ ਦਰਸਾ ਰਹੇ ਹੋ ਕਿ ਜੀ ਜੋ ਸਾਨੂੰ ਤੋਹਫੇ ਮਿਲਦੇ ਨੇ ਅਸੀਂ ਉਹ ਬਿਲਕੁਲ ਜਿਹੜਾ ਉਹ ਉਹਨੂੰ ਨਿਲਾਮ ਕਰਕੇ ਜਿਹੜਾ ਉਹਦੇ ਪੈਸੇ ਨੇ ਉਹ ਖਾਤੇ 'ਚ ਜਮ੍ਹਾਂ ਕਰਾ ਕੇ ਅਸੀਂ ਬਿਲਕੁਲ ਇਮਾਨਦਾਰੀ ਦਿਖਾ ਰਹੇ ਹੁਣ ਜਿਹੜੀਆਂ ਲਿਸਟਾਂ ਜਿਹੜੀਆਂ ਆਈਟਮਸ ਉਹਨਾਂ ਨੇ ਲਿਸਟ ਕੀਤੀਆਂ ਜਿਹੜੀ ਨਿਲਾਮੀ ਦੇ ਲਈ ਉਹਨਾਂ ਜਜ਼ਾਰ ਹੈ ਦੱਸਣ ਲਈ ਕਿ ਜੀ ਫਲਾਣੇ ਮੰਦਰ 'ਚੋਂ ਰਾਮ ਦਾ ਬੁੱਤ ਤੇ ਲਕਸ਼ਮਣ ਦੀ ਮੂਰਤੀ ਤੇ ਅਨੁਮਾਨ ਦੀ ਤੇ ਦਰਬਾਰ ਸਾਹਿਬ ਦਾ ਮਾਡਰਨ ਥਿਊ ਦਾ ਹਿੱਸਾ ਸੀ ਹਾਂ ਹੁਣ ਦੂਸਰਿਆਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਉਹ ਤਾਂ ਮੂਰਤੀਆਂ ਜਿਹੜੀਆਂ ਨੇ ਕਿੱਥੋਂ ਆਈਆਂ ਕਿੱਥੇ ਗਈਆਂ ਉਹ ਤਾਂ ਜਦੋਂ ਤੱਕ ਬ੍ਰਾਹਮਣ ਉਹਨੂੰ ਪ੍ਰੋਪਰ ਮੰਤਰ ਉਚਾਰਨ ਕਰਕੇ ਸਟੈਬਲਿਸ਼ ਕਰ ਦਿੰਦਾ ਉਦੋਂ ਤੱਕ ਹੀ ਮੂਰਤੀਆਂ ਰਹਿੰਦੀਆਂ ਇੱਕ ਵਾਰੀ ਕਿਸੇ ਹੋਰ ਸ਼ੂਦਰ ਦਾ ਹੱਥ ਲੱਗ ਗਿਆ ਤਾਂ ਵੀ ਉਹ ਭਿੱਟ ਜਾਂਦੀਆਂ ਉਹ ਤਾਂ ਖੁਦ ਜਾ ਕੇ ਆ ਜਿਹੜਾ ਹੁਣ ਗਣੇਸ਼ ਮਹੋਤਸਵ ਦੇ ਮੌਕੇ ਵਿਸਰਜਨ ਕਿ ਕੀ ਲਫ਼ਜ਼ ਕਹਿੰਦੇ ਨੇ ਉਹ ਉਹ ਜਾ ਕੇ ਪੂਰਾ ਭਰ ਦਿੰਦੇ ਨੇ ਸਾਰੇ ਦਰਿਆ ਪਾਣੀਆਂ ਦੇ ਆਪ ਵੀ ਮੂਰਤੀਆਂ ਨੇ ਰੋੜ ਦਿੰਦੇ ਨੇ ਸੋ ਉਹਨਾਂ ਦੇ ਲਈ ਤਾਂ ਜਿਹੜਾ ਉਹ ਕੋਈ ਫਰਕ ਨਹੀਂ ਪੈਂਦਾ ਕੀ ਹੈ ਲੇਕਿਨ ਸਿੱਖ ਕੌਮ ਜਿਹਦੇ ਵਿੱਚ ਪਹਿਲਾਂ ਵੀ ਅਸੀਂ ਜਦੋਂ ਤੁਹਾਨੂੰ ਕੋਈ ਤੋਹਫਾ ਦਿੰਦਾ ਹੈ ਤੁਸੀਂ ਉਸ ਨੂੰ ਜਿਹੜਾ ਉਹ ਸਤਿਕਾਰ ਦਿਓ ਸਤਿਕਾਰ ਨਾਲ ਤੁਸੀਂ ਆਪਣੇ ਆਮ ਤੋਹਫਾ ਵੀ ਹੋਏ ਤੁਸੀਂ ਉਹਦਾ ਨਿਰਾਦਰ ਨਹੀਂ ਕਰਦੇ ਵੇਚਣਾ ਤਾਂ ਦੂਰ ਦੀ ਗੱਲ ਹੁੰਦੀ ਹੈ ਤੁਹਾਨੂੰ ਜਿਹੜਾ ਉਹ ਹੁੰਦਾ ਹੈ ਕਿ ਵੀ ਕਿਸੇ ਨੇ ਪਿਆਰ ਨਾਲ ਦਿੱਤਾ ਹੈ ਅੱਛਾ ਤੇ ਜਦੋਂ ਤੁਹਾਡੇ ਗੁਰੂ ਨਾਲ ਸੰਬੰਧਿਤ ਕੋਈ ਵੀ ਚੀਜ਼ ਹੋਏ ਹੁਣ ਜਦੋਂ ਇਹ ਪਾਰਟ ਸ਼ੁਰੂ ਹੋਇਆ ਪਹਿਲਾਂ ਤਾਂ ਹਰ ਹਰ ਇੱਕ ਦੇ ਗੱਲ 'ਚ ਸਿਰੋਪਾਉ ਪਾਉਣ ਦੀ ਲਾਈਨ ਹੁੰਦੀ ਸੀ ਇੱਥੇ ਵੀ ਅਸੀਂ ਫਿਰ ਇਹਨਾਂ ਨੂੰ ਕਿਹਾ ਕਿ ਭਾਈ ਜਿਹੜੇ ਖਾਸ ਤੌਰ ਤੇ ਹੁੰਦੇ ਨੇ ਨਾਨ ਸੇ ਖਾਸ ਤੌਰ ਤੇ ਗੋਰੇ ਕਾੜੇ ਇਹਨਾਂ ਦੇ ਪੋਲੀਟੀਸ਼ੀਅਨਸ ਉਹਨਾਂ ਦੇ ਲਈ ਤਾਂ ਉਹ ਇੱਕ ਪੀਸ ਆਫ ਕਲੋਥ ਹੈ ਉਹ ਮੁੜ ਕੇ ਉਹਨਾਂ ਨੇ ਉਹੀ ਪਿੱਛੇ ਸੁੱਟਿਆ ਹੁੰਦਾ ਹੈ ਵੀ ਬਿਹਤਰ ਹੁੰਦਾ ਹੈ ਵੀ ਤੁਸੀਂ ਇਹਨਾਂ ਨੂੰ ਵੈਸੇ ਕੋਈ ਸ਼ਾਲ ਦੇ ਦਿਓ ਕੁਝ ਹੋਰ ਜਿਹੜੀ ਇਨ ਯੂਜ਼ ਦੀ ਚੀਜ਼ ਹੋਵੇ ਬਿਲਕੁਲ ਉਹ ਕਿਤਾਬਾਂ ਦਾ ਸੈੱਟ ਦਿਓ ਵੀ ਜਿਸ ਚੀਜ਼ ਦੀ ਕੀਮਤ ਨਹੀਂ ਹੈ ਕਿਸੇ ਨੂੰ ਉਹ ਉਹਦਾ 파ਰ ਪਰ ਉਹ ਜਿਹੜਾ ਕਿਤੇ ਨਾ ਕਿਤੇ ਅਜੇ ਵੀ ਉਹ ਟ੍ਰੈਂਡ ਚੱਲਦਾ ਹੁੰਦਾ ਹੈ ਤੇ ਉਹਦੇ ਤੇ ਸਾਰਾ ਸੋ ਮੋਦੀ ਨੂੰ ਦਰਬਾਰ ਸਾਹਿਬ ਦਾ ਮਾਡਲ ਉਹਦੀ ਕਿਸੇ ਵਿਜ਼ਿਟ ਵੇਲੇ ਦਿੱਤਾ ਹੋਣਾ ਉਹ ਆਨਰ ਦੇ ਤੌਰ ਤੇ ਉਹ ਵੀ ਉਸ ਲਿਸਟ ਦੇ ਵਿੱਚ ਸੀ ਜਿਸ ਦਾ ਸਿੱਖਾਂ ਨੇ ਬੁਰਾ ਮੰਨਿਆ ਉਹਨਾਂ ਨੇ ਕਿਹਾ ਕਿ ਭਾਈ ਪਹਿਲੀ ਗੱਲ ਤਾਂ ਇਹ ਕੋਈ ਨਿਲਾਮੀ ਹੋਣ ਜੇ ਤੁਸੀਂ ਕਹਿੰਦੇ ਜੀ ਔਕਸ਼ਨ ਪਾਵੇਂ ਈ ਔਕਸ਼ਨ ਹੈ ਹਾਂ ਕਿ ਵੀ ਇਹ ਤੁਹਾਡੇ ਦਿਮਾਗ 'ਚ ਵੀ ਨਹੀਂ ਆਇਆ ਇੱਥੇ ਐਸਾ ਵੀ ਹਾਲ ਰਿਹਾ ਹੈ ਮੈਂ ਜਦੋਂ ਤੁਸੀਂ ਨੁਲਾਮੀ ਲਫਜ਼ਾਂ ਦੂਸਰੇ ਦੇਖਦਾ ਹਾਂ ਜਿਵੇਂ ਪੈਂਸਿਲਵੇਨੀਆ ਐਵੇਨਿਊ ਦੇ ਉੱਤੇ ਜਿੱਥੇ ਐਮਬੈਸੀਜ਼ ਨੇ ਸਾਰੀਆਂ ਇੱਕ ਗੁਰਦੁਆਰਾ ਹੈ ਜਿਹੜਾ ਬਹੁਤ ਵੱਡਾ ਪਤਾ ਨਹੀਂ ਕਿੰਨੇ ਮਿਲੀਅਨ ਦਾ ਜਨੇ ਲਾਇਆ ਉਹਨੇ ਵੀ ਕਮਰਸ਼ੀਅਲ ਐਂਗਲ ਤੋਂ ਹੀ ਪਹਿਲਾਂ ਸ਼ੁਰੂ ਕੀਤਾ ਉਹ ਚੱਲਿਆ ਨਹੀਂ ਫਿਰ ਇਹ ਹੋਇਆ ਕਿ ਵੀ ਗੁਰਦੁਆਰੇ ਤਾਂ ਸੰਗਤ ਨਾਲ ਚੱਲਦੇ ਨੇ ਉਹਨੇ ਉਹਨੂੰ ਜਿਹੜਾ ਉਹ ਸੇਲ ਤੇ ਲਾ ਦਿੱਤਾ ਹੁਣ ਇਹ ਖਬਰ ਬਾਹਰ ਨਿਕਲਣ ਦੀ देर ਸੀ ਕਿ ਸਕੰਜ ਸਾਨੂੰ ਮੈਂ ਉਦੋਂ ਵਾਸ਼ਿੰਗਟਨ ਜ਼ਿਆਦਾ ਵਕਤ ਹੁੰਦਾ ਸੀ ਇਹ ਹੋਇਆ ਜੀ ਇਹ ਕਿਵੇਂ ਹੋ ਸਕਦਾ ਕਿ ਗੁਰਦੁਆਰਾ ਜਿਹੜਾ ਉਹ ਸੇਲ ਤੇ ਲੱਗਾ ਹੋਵੇ ਹੂੰ ਕਿਵੇਂ ਔਰ ਉੱਥੇ ਫਿਰੋਸਾਨੀ ਡਾਕਟਰ ਸਾਨੀ ਔਰ ਉਹਨਾਂ ਦੇ ਕੁਝ ਬੇਟੇ ਜਾਂ ਦੂਜੇ ਉਹਨਾਂ ਨੇ ਮਿਲ ਕੇ ਉਹ ਲਿਆ ਹੁਣ ਉਹ ਚੱਲ ਰਿਹਾ ਗੁਰਦੁਆਰਾ ਹੀ ਹੈ ਸੋ ਮਤਲਬ ਸਾਡੇ ਲਈ ਤਾਂ ਇਹ ਲਫ਼ਜ਼ ਜਿਹੜਾ ਆਪਣੇ ਆਪ ਦੇ ਵਿੱਚ ਕੋਈ ਗੁਰਦੁਆਰਾ ਬਣਾਉਣ ਲਈ ਤਾਂ ਅਸੀਂ ਆਪਣੇ ਘਰਾਂ ਨੂੰ ਗਿਰਵੀ ਰੱਖ ਸਕਦੇ ਬਿਲਕੁਲ ਉਹਨਾਂ ਉਹਨਾਂ ਦੇ ਅਗੇਂਸਟ ਅਸੀਂ ਲੋਨ ਬਹੁਤ ਸਾਰੀਆਂ ਥਾਵਾਂ ਤੇ ਨਹੀਂ ਹੁੰਦਾ ਹਾਂ ਪਰ ਇਹ ਆ ਵੀ ਗੁਰਦੁਆਰਾ ਸੇਲ ਤੇ ਲੱਗਾ ਹੋਏ ਇਹ ਇਹ ਐਕਸੈਪਟੇਬਿਲਟੀ ਨਹੀਂ ਹੈ ਇਸ ਗੱਲ ਦੀ ਸੋ ਇਸ ਨਾਲ ਭਾਵਨਾਵਾਂ ਜਿਹੜੀਆਂ ਨੇ ਉਜਾੜ ਹੈ ਠੀਕ ਹੈ ਕਿ ਵੀ ਇਸ ਬੰਦੇ ਨੂੰ ਜਿਹਨੂੰ ਜਿਹੜਾ ਆ ਕੇ 5-5 ਮਿੰਟ ਨੱਕ ਰਗੜਨੋਂ ਨਹੀਂ ਹਟਦਾ ਜਦੋਂ ਆਂਦਾ ਹੈ ਤੇ ਇਹਨੂੰ ਇਨਾ ਨਹੀਂ ਪਤਾ ਹੈ ਵੀ ਉਹ ਕਹਿੰਦਾ ਜੀ ਮੇਰੇ ਤੋਂ ਜ਼ਿਆਦਾ ਸਿੱਖਾਂ ਨੂੰ ਕੌਣ ਸਮਝਦਾ ਹੈ ਮੈਂ ਤਾਂ 2 ਸਾਲ ਰਿਹਾ ਹੀ ਸਿੱਖ ਬਾਣੇ 'ਚ ਐ ਜੀ ਉਹਦਾ ਇੱਕ ਚਮਚਾ ਮਾਈਨੋਰਟੀ ਕਮਿਸ਼ਨ ਦਾ ਕਿ ਇਕਬਾਲ ਸਿੰਘ ਉਹਨੇ ਇੱਕ ਇੰਟਰਵਿਊ 'ਚ ਕਿਹਾ ਕਿ ਮੈਨੂੰ ਨਰਿੰਦਰ ਮੋਦੀ ਨੇ ਕਿਹਾ ਇਕਬਾਲ ਸਿੰਘ ਮੇਰੇ ਤੋਂ ਲੈ ਲਓ ਸਿੱਖੋਂ ਕੇ ਲਈਏ ਮੈਂ ਤਾਂ ਖੁਦ 2 ਸਾਲ ਸਿੱਖ ਰਹਾ ਹਾਂ ਜੋ ਮੰਗੋ ਮੈਂ ਕਰਨੇ ਕੋ ਤੈ ਉਹ ਉਹਦੀਆਂ ਸਿਫਤਾਂ ਦੇ ਪੁੱਲ ਬਣ ਰਿਹਾ ਤੇ ਜੇ ਤੂੰ ਬਾਣੇ 'ਚ ਵੀ ਰਿਹਾ ਹੁੰਦਾ ਜੋ ਵੀ ਉਹ ਤਾਂ ਤੂੰ ਜਾਨ ਬਚਾਣ ਲਈ ਸੱਖਾਂ 'ਚ ਲੁਕਿਆ ਸੀ ਆ ਕੇ ਤੇ ਤੈਨੂੰ ਪਤਾ ਹੋਣਾ ਚਾਹੀਦਾ ਸੀ ਕਿ ਵੀ ਸੇਖੇ ਦੇ ਤੇ ਕਿਵੇਂ ਮਹਿਸੂਸ ਕਰਦਾ ਹੈ ਪਰ ਉਹ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਭਾਈ ਇੱਕ ਤਾਂ ਜੋ ਹੈ ਹੀ ਹੈ ਉਹ ਉਹਨਾਂ ਦੇ ਅੱਗੋਂ ਜਿਹੜੇ ਨੇ ਹੁਣ ਜੇ ਤਾਂ ਜਿਹੜੇ ਉਹ ਚਮਚੇ ਚੋਰ ਕਿਸਮ ਦੇ ਮੰਜਿੰਦਰ ਸਰਸੇ ਵਰਗੇ ਆਲੇ ਦੋਲੇ ਇਕੱਠੇ ਕੀਤੇ ਹੋਏ ਨੇ ਕੋਈ ਉਹਨੂੰ ਕਹਿੰਦੇ ਹੈਗਾ ਜੀ ਕੋਈ ਗੱਲ ਨਹੀਂ ਹੈ ਇਹ ਤੁਸੀਂ ਜਿੰਨਾ ਕੁ ਵੀ ਹੈ ਕਿੰਨਾ ਕੁ ਦੀ ਉਹਦੀ ਕੀਮਤ ਤਾਂ ਮਾਡਲ ਦੀ ਵੈਸੇ ਤਾਂ ਮਾਡਲ ਵਿਕਦਾ ਹੀ ਨਹੀਂ ਉਹ ਦੁਕਾਨਦਾਰਾਂ ਨੇ ਵੀ ਰੱਖੇ ਹੋਏ ਨੇ ਪਰ ਵਾਂਸ ਤੁਹਾਨੂੰ ਦਰਬਾਰ ਸਾਹਿਬ ਦੀ ਜੇ ਸ਼ੋਮਣੀ ਕਮੇਟੀ ਜਾਂ ਉਹਨਾਂ ਉਹਦਾ ਇੱਕ ਆਪਣਾ ਰੁਤਬਾ ਬਣ ਜਾਂਦਾ ਉਹ ਕਹਿੰਦਾ ਕੋਈ ਗੱਲ ਨਹੀਂ ਜੀ ਇਹ ਅਸੀਂ ਆਪਣੇ ਘਰ ਚ ਰੱਖ ਲੈਨੇ ਅਸੀਂ ਜਮ੍ਹਾਂ ਕਰਾ ਤੁਸੀਂ ਇਹਨੂੰ ਉਹ ਜਸਟੀਫਾਈ ਕਰ ਰਿਆ ਉਹਨੂੰ ਕਹਿੰਦਾ ਜੀ ਦੇਖੋ ਇਹ ਜਾਏਗਾ ਮਾਡਲ ਮੈਂ ਕਹਿੰਦਾ ਮੈਂ ਵੀ ਬੋਲੀ ਦਿੱਤੀ ਸੀ ਮੈਂ 2 ਲੱਖ ਦੀ ਦਿੱਤੀ ਸੀ ਪਤਾ ਨਹੀਂ ਕਿਨੇ 2 ਲੱਖ 2000 ਦੀ ਦੇ ਦਿੱਤੀ ਦੇਖੋ ਕਿੰਨਾ ਇਹ ਤਾਂ ਦੇਖੋ ਕਿੰਨੇ ਐਮ ਯਾਨੀ ਇਹ ਹੈ ਕਿ ਭਈ ਇੰਨੀ ਇਨਾ ਚ ਹਿੰਮਤ ਤੱਕ ਹੀ ਹੋਣੀ ਹੈ ਜਿਹੜੇ ਮੂੰ ਖੰਦਾ ਆਖਾਂ ਸ਼ਰਮਾਂਦੀਆਂ ਚੋਰਾں ਦੇ ਅੱਗੋਂ ਚੋਰ ਜਿਹੜੇ ਨੇ ਰੱਖੇ ਹੋਏ ਨੇ ਉਹ ਉਹਨੂੰ ਜਸਟੀਫਾਈ ਕਰ ਰਹੇ ਪਰ ਸਾਡੇ ਭੈਣ ਜੀ ਕਰਨ ਜਿਤ ਕਰਨਜੀਤ ਕੌਰ ਜਿਹੜੇ ਸਾਡੇ ਰੈਗੂਲਰ ਵਿਊਰ ਵੀ ਨੇ ਟਾਈਮ ਟੂ ਟਾਈਮ ਉਸਾਂ ਨੂੰ ਲਿਖਦੇ ਵੀ ਨੇ ਸੁਝਾਅ ਵੀ ਦਿੰਦੇ ਨੇ ਔਰ ਵੈਲ ਰੈਡ ਬਹੁਤ ਅੱਛੀ ਆਬਜ਼ਰਵੇਸ਼ਨ ਹਰ ਪੱਖ ਤੋਂ ਔਰ ਮੇਰੇ ਲਈ ਹਮੇਸ਼ਾ ਜਦੋਂ ਮੈਂ ਆਪਣੀਆਂ ਭੈਣਾਂ ਦੀ ਇੰਟੈਲੈਕਚੁਅਲ ਪ੍ਰੋਇਸ ਉਹਨਾਂ ਦਾ ਇਸ ਲੈਵਲ ਦੇ ਉੱਤੇ ਦੇਖਦਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਵੀ ਕਿਸੇ ਵੀ ਸਮਾਜ ਦੇ ਵਿੱਚ 50% ਦੀ ਅੱਧ ਜਿਹੜਾ ਸਮਾਜ ਦਾ ਉਸ ਬੀਬੀਆਂ ਨੇ ਤੇ ਜੇ ਉਹਨਾਂ ਨੂੰ ਅਸੀਂ ਜਾਇ ਨਹੀਂ ਕਰਵਾਉਂਦੇ ਜਿਹੜਾ ਬਹੁਤ ਹਰ ਦਾ ਅਸੀਂ ਨਹੀਂ ਕਰਵਾਇਆ ਨਹੀਂ ਕਰਵਾਇਆ ਉਹ ਗੁਰਦੁਆਰਿਆਂ ਦੀਆਂ ਮੈਨੇਜਮੈਂਟਾਂ ਤੋਂ ਲੈ ਕੇ ਜਥੇਬੰਦੀਆਂ 'ਚ ਵੀ ਅਸੀਂ ਦੇਖ ਸਕਦੇ ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਉਹ ਸਾਡੀਆਂ ਪੈਣਾ ਜਿਹੜੀਆਂ ਸੋਚਦੀਆਂ ਨੇ ਕੌਮ ਲਈ ਔਰ ਇਸ ਦੇ ਉੱਤੇ ਇੱਕ ਆਪਣਾ ਮੌਕਫ ਰੱਖਦਿਆਂ ਨੇ ਉਹਨਾਂ ਨੂੰ ਐਕਸਪ੍ਰੈਸ ਕਰਦਿਆਂ ਨੇ ਸੋ ਸਾਨੂੰ ਜਿਹੜਾ ਉਹਨਾਂ ਦਾ ਅਕਸਰ ਨੋਟ ਕਮੈਂਟ ਤਾਂ ਹੁੰਦਾ ਹੈ ਉਹ ਸੀ ਸ਼ੇਅਰ ਵੀ ਕਰਦੇ ਆਂ ਔਰ ਇਸ ਮੁੱਦੇ ਦੇ ਉੱਤੇ ਉਹਨਾਂ ਦੀ ਲਿਖਤ ਨੂੰ ਮੈਂ ਸਾਂਝਾ ਕਰ ਰਿਹਾ ਉਹਨਾਂ ਨੇ ਮੈਨੂੰ ਵੀ ਤੁਹਾਨੂੰ ਵੀ ਐਡਰੈਸ ਕਰਦੇ ਆਂ ਗੁਰੂ ਸਾਹਿਬ ਜੀ ਦੀ ਬਖਸ਼ੀ ਫਤਿਹ ਕਬੂਲ ਕਰਨੀ ਮੋਦੀ ਅਕਸਰ ਹੀ ਕਹਿੰਦਾ ਹੁੰਦਾ ਮੈਂ ਗੁਜਰਾਤੀ ਆਂ ਤੇ ਸਾਡੇ ਗੁਜਰਾਤੀਆਂ ਦੇ ਤਾਂ ਖੂਨ ਵਿੱਚ ਹੀ ਵਪਾਰ ਹੈ ਇਹਨਾਂ ਨੇ ਸਿਰਫ ਪੈਸਾ ਕਮਾਉਣਾ ਹੁੰਦਾ ਹੈ ਇਹ ਨਹੀਂ ਦੇਖਣਾ ਕਿ ਪੈਸੇ ਕਮਾਉਣ ਦਾ ਟੰਗ ਜਾਇਜ਼ ਹੈ ਜਾਂ ਨਹੀਂ ਹੁਣ ਤੱਕ ਬੈਂਕਾਂ ਨਾਲ ਧੋਖਾਧੜੀ ਕਰਕੇ ਵੱਡੇ ਵੱਡੇ ਕਰਜ਼ੇ ਲੈ ਕੇ ਵਿਦੇਸ਼ ਭਜਣ ਵਾਲੇ ਸਾਰੇ ਬੰਦੇ ਗੁਜਰਾਤੀ ਨੇ ਗੁਜਰਾਤੀ ਹੀ ਨੇ ਮੋਦੀ ਨੇ ਤਾਂ ਕੁਰਸੀ ਤੇ ਬੈਠਣ ਲਈ ਇੰਡੀਆ ਦੀਆਂ ਸਾਰੀਆਂ ਸਰਕਾਰੀ ਸੰਸਥਾਵਾਂ ਵੇਚ ਕੇ ਦੋ ਗੁਜਰਾਤੀਆਂ ਨੂੰ ਹੀ ਦੁਨੀਆ ਦੇ ਚੋਟੀ ਦੇ ਅਮੀਰ ਬਣਾ ਛੱਡਿਆ ਇਹ ਅਸੀਂ ਦੇਖਦੇ ਆਂ ਇਹ ਵਰਤਾਅ ਖੈਰ ਗੱਲ ਕਰਦੇ ਆਂ ਸ਼੍ਰੀ ਦਰਬਾਰ ਸਾਹਿਬ ਦੇ ਮਾਡਲ ਦੀ ਨਿਲਾਮੀ ਦੀ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਸ਼੍ਰੀ ਦਰਬਾਰ ਸਾਹਿਬ ਦੇ ਮਾਡਲ ਨਾਲ ਜੁੜੀਆਂ ਹਨ। ਬਾਕੀ ਲੋਕਾਂ ਵਾਸਤੇ ਤਾਂ ਉਹ ਬਸ ਇੱਕ ਸਜਾਵਟ ਦੀ ਚੀਜ਼ ਹੈ। ਸੋ ਪਹਿਲੀ ਗਲਤੀ ਤਾਂ ਗਿਫਟ ਕਰਨ ਵਾਲਿਆਂ ਦੀ ਹੈ। ਅੱਗੋਂ ਵਾਸਤੇ ਫਿਰਤ ਬੰਦ ਹੋਣੀ ਚਾਹੀਦੀ ਹੈ। ਬਿਲਕੁਕੁਲ। ਸਿੱਖਾਂ ਨੇ ਇਤਰਾਜ਼ ਕੀਤਾ ਹੈ। ਕਈਆਂ ਨੇ ਪੋਸਟਾਂ ਵੀ ਪਾਈਆਂ ਕਿ ਕਿਵੇਂ ਵੀ ਕਰਕੇ ਸਾਨੂੰ ਇਹ ਮਾਡਲ ਨਿਲਾਮੀ ਵਿੱਚ ਖਰੀਦ ਲੈਣਾ ਚਾਹੀਦਾ ਹੈ। ਪਹਿਲਾ ਨਿਲਾਮੀ ਦੀ ਕੀਮਤ ਘੱਟ ਰੱਖੀ ਸੀ ਇਤਰਾਜ਼ ਤੋਂ ਬਾਅਦ ਅਗਲੇ ਨੇ ਕੀਮਤ ਵੀ ਵਧਾ ਦਿੱਤੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਸਗੋਂ ਵਪਾਰੀ ਤਾਂ ਇਸ ਗੱਲ ਦਾ ਫਾਇਦਾ ਲੈ ਕੇ ਵੱਧ ਪੈਸੇ ਕਮਾਉਣ ਦੇ ਚੱਕਰ ਵਿੱਚ ਹੈ ਕੋਈ ਵੱਡੀ ਗੱਲ ਨਹੀਂ ਕਿ ਨਿਲਾਮੀ ਵਿੱਚ ਖਰੀਦਣ ਦਾ ਸ਼ੋਸ਼ਾ ਵੀ ਇਹਨਾਂ ਨੇ ਆਪ ਹੀ ਛੱਡਿਆ ਹੈ ਬਿਲਕੁਲ ਤੁਹਾਡੀ ਠੀਕ ਹੈ ਆਬਜ਼ਰਵੇਸ਼ਨ ਹੋ ਸਕਦਾ ਹੈ ਕਈਆਂ ਨੂੰ ਇਹ ਗੱਲ ਸਹੀ ਨਾ ਲੱਗੇ ਪਰ ਸਾਡੀ ਹੀ ਦਿੱਤੀ ਗਈ ਸੌਗਾਤ ਸਾਨੂੰ ਵਾਪਸ ਨਹੀਂ ਖਰੀਦਣੀ ਚਾਹੀਦੀ ਕਿਉਂਕਿ ਇਹ ਗੱਲ ਸਿਧਾਂਤ ਦੇ ਉਲਟ ਹੈ ਜੇ ਉਹਨਾਂ ਨੂੰ ਨਹੀਂ ਚਾਹੀਦੀ ਉਹ ਵਾਪਸ ਕਰ ਦੇਣ ਸਾਨੂੰ ਦੁਖੀ ਤਾਂ ਇਹ ਗੱਲ ਕਰ ਰਹੀ ਹੈ ਨਾ ਕਿ ਸਾਡੇ ਦਰਬਾਰ ਸਾਹਿਬ ਦੇ ਮਾਡਲ ਦੀ ਨਿਲਾਮੀ ਹੋ ਰਹੀ ਹੈ ਨਹੀਂ ਤਾਂ ਬਾਜ਼ਾਰ ਵਿੱਚ ਵੀ ਇਹ ਮਾਡਲ ਵਿਕਦੇ ਹਨ ਸੋ ਨਿਲਾਮੀ ਵਿੱਚ ਜੇ ਤੁਸੀਂ ਖਰੀਦ ਵੀ ਲੈਂਦੇ ਹੋ ਨਿਲਾਮੀ ਤਾਂ ਫਿਰ ਵੀ ਹੋਈ ਕਿ ਨਹੀਂ ਜੇ ਹੁਣ ਉਹਨਾਂ ਦੀ ਇਸ ਚਾਰ ਵਿੱਚ ਫਸ ਗਏ ਤਾਂ ਇਹਨਾਂ ਦੇ ਮੂਹ ਨੂੰ ਲਾਉ ਲਾਉਣ ਵਾਲੀ ਗੱਲ ਹੈ ਬਿਲਕੁਲ ਠੀਕ ਫਰਮਾਇਆ ਵੈ ਜੀ ਤੁਸੀਂ ਬਾਕੀ ਮਨਜਿੰਦਰ ਸਿਰਸੇ ਵਰਗੇ ਜਿਹੜੇ ਇੱਕ ਪਾਸੇ ਸਿੱਖਾਂ ਦੇ ਠੇਕੇਦਾਰ ਤੇ ਦੂਜੇ ਪਾਸੇ ਮੋਦੀ ਦੀ ਪੂੰਛ ਬਣੇ ਫਿਰਦੇ ਨੇ ਉਹਨਾਂ ਵਾਸਤੇ ਮੌਕਾ ਹੈ ਕਿ ਹੁਣ ਇਹ ਮਾਡਲ ਵਾਪਸ ਲੈ ਕੇ ਦਿਖਾ ਦੇਣ ਕਿ મોદી ਉਹਨਾਂ ਦੀ ਗੱਲ ਕਿੰਨੀ ਸੁਣਦਾ ਇਸ ਤੇ ਉੱਤੇ ਮੈਂ ਆਪਣੀ ਟਿੱਪਣੀ ਕਰ ਦੱਤੀ ਹੈ ਕਿ ਉਹ ਤਾਂ ਜਿਹੜਾ ਚੋਰ ਨਾਲੋਂ ਪੰਡ ਕਾਹਲੀ ਉਹ ਤਾਂ ਉਹਨੂੰ ਡਿਫੈਂਡ ਕਰ ਰਿਹਾ ਦੇਖੋ ਜੀ ਮੈਂ 2 ਲੱਖ ਦੀ ਬੋਲੀ ਦੇ ਮਰ ਤੋਂ ਵੀ ਉੱਤੇ ਦੀ ਆ ਗਈ ਔਰ ਇਹ ਜਿਹੜਾ ਰੱਖੇਗਾ ਘਰ ਚ ਰੱਖੇਗਾ ਉਹਨੂੰ ਯਾਦ ਹੋਏਗਾ ਫਿਰ ਉਹਨਾਂ ਨੇ ਪਹਿੰਜ ਨੇ ਮਨੀਸ਼ ਤਵਾੜੀ ਦਾ ਜ਼ਿਕਰ ਕੀਤਾ ਕਿਉਂਕਿ ਮਨੀਸ਼ ਤਵਾੜੀ ਦੀ ਵੀ ਇਹ ਸਟੇਟਮੈਂਟ ਪੀਟੀਆਈ ਨੇ ਇਸ ਨੂੰ ਬਣਾਇਆ ਆਪਣੀ ਇਹ ਸਟੋਰੀ ਕਾਂਗਰਸ ਲੀਡਰ ਮਨੀਸ਼ ਤਿਵਾੜੀ ਅਰਜੀਸ ਪ੍ਰਾਈਮ ਮਿਨਿਸਟਰ ਮੋਦੀ ਨਾਟ ਟੂ ਆਕਸ਼ਨ ਗੋਲਡਨ ਟੈਂਪਲਸ ਰਿਪਲਾਈ ਕਾ एवरीथिंग ਇਜ਼ ਨਾਟ ਸੇਲੇਬਲ অর ਪਰਚੇਜੇਬਲ ਲਾਈਕ ਅ ਕਮੋਡਿਟੀ ਐਂਡ ਈਵਨ ਅ ਰਿਪਲਾਈ ਕਾ ਫਰਮੰਦਰ ਸਾਹਿਬ ਇਸ ਸੈਕ੍ਰੀਟ ਐਂਡ ਸੈਕ੍ਰੋਸੈਂਕਟ ਫਾਰ 올 ਪੰਜਾਬੀ ਸਿਕਸ ਐਂਡ ਹਿੰਦੂਜ਼ ਐਲਾਈਕ ਹੁਣ ਇਹ ਅਨੰਦਪੁਰ ਸਾਹਿਬ ਤੋਂ ਐਮਪੀ ਹੈ ਇਹਨੇ ਉਹਨੂੰ ਵੈਸੇ ਹੀ ਸੈਕੂਲਰਾਈਜ਼ ਕਰਤਾ ਕਿ ਜੀ ਫੁਲਾਣਾ ਦੇਖੋ ਜੀ ਹਿੰਦੂਆਂ ਦੇ ਲਈ ਵੀ ਔਰ ਦੂਜਿਆਂ ਬਹੁਤ ਸੈਕ੍ਰੀਟ ਹੈ ਔਰ ਇਹ ਜਿਹੜਾ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਪੰਜ ਜਨੈ ਦਾ ਹਵਾਲਾ ਦਿੱਤਾ ਤੇ ਵਾੜੀ ਦਾ ਕਿ ਵੀ ਉਹਨੇ ਵੀ ਬੇਨਤੀ ਕੀਤੀ ਹੈ ਉਹਨਾਂ ਨੇ ਕਿਹਾ ਵੀ ਇਹਦੇ ਪਿੱਛੇ ਕੋਈ ਰਾਜਨੀਤਿਕ ਮਨਸ਼ਾ ਵੀ ਲੁਕੀ ਹੋ ਸਕਦੀ ਹੈ ਉਸ ਦਾ ਕਹਿਣਾ ਹੈ ਕਿ ਦਰਬਾਰ ਸਾਹਿਬ ਨਾਲ ਸਾਰੇ ਪੰਜਾਬੀਆਂ ਸਿੱਖਾਂ ਤੇ ਹਿੰਦੂਆਂ ਦੀਆਂ ਭਾਵਨਾਵਾਂ ਜੁੜੀਆਂ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਮੋਦੀ ਦਰਬਾਰ ਸਾਹਿਬ ਦਾ ਮਾਡਲ ਨਹੀਂ ਰੱਖ ਸਕਦਾ ਤਾਂ ਉਸ ਨੂੰ ਦੇ ਦੇਵੇ ਤਾਂ ਇਸ ਨੂੰ ਪੂਰਨ ਆਦਰ ਸਤਕਾਰ ਨਾਲ ਨੰਦਪੁਰ ਸਾਹਿਬ ਵਿੱਚ ਸ਼ੋਭਿਤ ਕਰ ਸਕੇ ਨਾਰੂਨ ਨੇ ਲਿੰਕ ਵੀ ਕਿਉਂਕਿ ਅਨੰਦਪੁਰ ਸਾਹਿਬ ਤੋਂ ਇਹ ਐਮਪੀ ਹੁਣ ਜਿਹੜੇ ਪੰਜ ਜੀ ਨੇ ਸਵਾਲ ਪੁੱਛੇ ਨੇ ਕਿ ਭਾਈ ਉਹਨਾਂ ਨੇ ਕਿਹਾ ਵੀ ਇਹ ਦੱਸੋ ਕਿ ਸਾਡੀ ਹੀ ਦਿੱਤੀ ਗਈ ਸੋਗਾਤ ਸਾਨੂੰ ਵਾਪਸ ਨਹੀਂ ਖਰੀਦਣੀ ਚਾਹੀਦੀ ਕਿਉਂਕਿ ਇਹ ਗੱਲ ਸਿਧਾਂਤ ਦੇ ਉਲਟ ਹੈ ਜੇ ਉਹਨਾਂ ਨੂੰ ਨਹੀਂ ਚਾਹੀਦੀ ਉਹ ਵਾਪਸ ਕਰ ਦੇਣ ਕੀ ਮੇਰਾ ਇਹ ਸੋਚਣਾ ਸਹੀ ਹੈ ਜਾਂ ਗਲਤ ਤੁਸੀਂ ਬਿਲਕੁਲ ਠੀਕ ਫਰਮਾਇਆ ਔਰ ਮੈਂ ਤਾਂ ਪਹਿਲੇ ਦਿਨ ਵੀ ਜਿਹੜਾ ਪਹਿਲਾ ਸੈਗਮੈਂਟ ਕੀਤਾ ਸੀ ਮੈਂ ਕਿਹਾ ਵੀ ਇਹ ਇਹਨਾਂ ਨੇ ਸਾਨੂੰ ਇੱਕ ਤੋਂ ਬਾਅਦ ਇੱਕ ਉਹ ਜਿਹੜਾ ਮੰਕੀ ਰੈਂਚ ਸੁਟਣਾ ਹੁੰਦਾ ਉਸ ਕਿਸਮ ਦਾ ਕਰਦੇ ਨੇ ਸਾਨੂੰ ਉਲਝਾਉਂਦੇ ਵੀ ਨੇ ਸਾਡੀਆਂ ਭਾਵਨਾਵਾਂ ਵੀ ਹਰਟ ਕਰਦੇ ਨੇ ਔਰ ਸਾਡੇ ਚ ਵੀ ਜਿਹੜਾ ਅਸਲ ਇਸ਼ੂ ਤੋਂ ਹਟ ਕੇ ਇੱਕ ਡਿਫਰੈਂਟ ਡਿਬੇਟ ਜਿਹੜੀ ਹੈ ਉਹ ਸ਼ੁਰੂ ਕਰਵਾ ਦਿੰਦੇ ਨੇ ਫਿਰ ਉਹਨਾਂ ਨੇ ਕਿਹਾ ਕਿ ਕੀ ਪੀਐਮ ਜਾਂ ਰਾਸ਼ਟਰਪਤੀ ਆਪਣੇ ਕਾਰਜਕਾਲ ਦੌਰਾਨ ਮਿਲੀਆਂ ਸੰਗਾਤਾਂ ਦੀ ਇੰਜ ਨਿਲਾਮੀ ਕਰਜਾਂ ਕਰਵਾ ਸਕਦੇ ਹਨ ਕੀ ਇਸ ਤਰ੍ਹਾਂ ਦੀਆਂ ਸੁਗਾਤਾਂ ਤੋਹਫੇ ਸਰਕਾਰੀ ਤੋਸ਼ੇਖਾਨੇ ਵਿੱਚ ਜਮ੍ਹਾਂ ਨਹੀਂ ਹੋਣੇ ਚਾਹੀਦੇ ਗਵਾਂਡੀ ਦੇਸ਼ ਪਾਕਿਸਤਾਨ ਦੇ ਪੀਐਮ ਇਮਰਾਨ ਖਾਨ ਨੂੰ ਤੋਹਫੇ ਜਿ ਮਿਲੀ ਘੜੀ ਤੋਸ਼ੇਖਾਨੇ ਵਿੱਚ ਜਮ੍ਹਾਂ ਨਾ ਕਰਵਾਉਣ ਕਰਕੇ ਜੇਲ੍ਹ ਚ ਡੱਕ ਦਿੱਤਾ ਗਿਆ ਫਿਰ ਉਹਨਾਂ ਨੇ ਇਸ ਕੇਸ ਦਾ ਵੀ ਜ਼ਿਕਰ ਕੀਤਾ ਦੇਖੋ ਮੈਨੂੰ ਇਨਕ ਮੈਂ ਕੋਈ ਇੰਡੀਆ ਦੀ ਇਸ ਬਾਰੇ ਲੀਗਲ ਪੋਜੀਸ਼ਨ ਕੀ ਹੈ ਜਾਂ ਉਹਨਾਂ ਦੀ ਕਸਟਮ ਕੀ ਹੈ ਪਰ ਇਹਨਾ ਜ਼ਰੂਰ ਹੁੰਦਾ ਹੈ ਕਿ ਜਦੋਂ ਤੁਸੀਂ ਕਿਸੇ ਅਹੁਦੇ ਦੇ ਉੱਤੇ ਹੋ ਜਿਵੇਂ ਪ੍ਰਾਈਮ ਮਿਨਿਸਟਰ ਹੈ ਜਾਂ ਪ੍ਰੈਜ਼ੀਡੈਂਟ ਹੈ ਬਿਲਕੁਲ ਉਹ ਜਿੱਥੇ ਵੀ ਜਾਂਦਾ ਹੈ ਵਿਦਨ ਕੰਟਰੀ ਹੈ ਜਾਂ ਆਊਟਸਾਈਡ ਹੈ ਕਿਉਂਕਿ ਅੰਗਰੇਜ਼ੀ ਚ ਉਹਨਾਂ ਨੇ ਫੇਰੇ ਤੋਂ ਬਾਅਦ ਪੁੱਛਿਆ ਉਹ ਜਿਹੜਾ ਉਹਨੂੰ ਤੋਹਫ਼ਾ ਮਿਲਦਾ ਹੈ ਉਹਦੇ ਵਿੱਚ ਸਰਟਨ ਅਮਾਊਂਟ ਹੈ ਜਿਵੇਂ ਇਹਨਾਂ ਨੇ ਕੋਟ ਕੀਤਾ ਹੈ ਕਿ ਵੀ ਜੇ 5000 ਤੋਂ ਘੱਟ ਹੈ ਉਹਦੀ ਕੀਮਤ ਜਿਹੜਾ ਉਹਨਾਂ ਨੇ ਇਹ ਹਰ ਮੁਲਕ ਨੇ ਆਪਣੇ ਢੰਗ ਨਾਲ ਰੱਖਿਆ ਹੁੰਦਾ ਹੈ ਉਹ ਤੁਹਾਡਾ 파ਰਟ ਹੁੰਦਾ ਹੈ ਵੀ ਉਹ ਤੁਹਾਡੀ ਨਿੱਜੀ ਗਿਵ ਅਦਰਵਾਈਜ਼ ਜੋ ਤੁਹਾਨੂੰ ਸਰਕਾਰੀ ਅਹੁਦੇ ਤੇ ਹੁੰਦੇ ਆ ਜੋ ਤੋਹਫਾ ਮਿਲਦਾ ਉਹ ਗਵਰਨਮੈਂਟ ਦੀ ਈਮਾਨਤ ਹੈ ਔਰ ਉਹਨੂੰ ਤੋਸ਼ਖਾਨੇ ਦੇ ਵਿੱਚ ਜਾਂ ਟ੍ਰੈਜਰੀ ਦੇ ਵਿੱਚ ਜਮਾ ਕਰਵਾ ਦਿੱਤਾ ਜਾਂਦਾ ਹੈ ਇਸੇ ਗੱਲ ਨੂੰ ਮਨਜਿੰਦਰ ਸਰਸਾ ਇਹ ਕਹਿ ਕੇ ਜਸਟੀਫਾਈ ਕਰ ਰਿਹਾ ਸੀ ਦੇਖੋ ਉਸ ਤੋਂ ਪਹਿਲੇ ਪ੍ਰਧਾਨ ਮੰਤਰੀਆਂ ਨੇ ਉਹ ਤਾਂ ਤੋਸ਼ਖਾਨੇ ਜੀ ਸੜ ਗਈਆਂ ਪਈਆਂ ਚੀਜ਼ਾਂ ਦੇਖੋ ਮੋਦੀ ਜਿਹੜਾ ਇਹਦੇ ਚੋਂ ਵੀ ਇਨਕਮ ਕਰਕੇ ਜਿਹੜਾ ਉਹ ਲੋਕਾਂ ਦਾ ਭਲਾ ਕਰ ਰਿਹਾ ਔਰ ਪਾਕਿਸਤਾਨ ਚ ਹੋਈ ਹੋਰ ਹੁੰਦਾ ਇਹ ਹੈ ਜਿਵੇਂ ਪਾਕਿਸਤਾਨ ਚ ਕੋਸ਼ਾਖਾਨਾ ਕੇ ਇਸ ਜੇ ইমরান ਖਾਨ ਨਾਲ ਉਹਨਾਂ ਦੇ ਹੁਣ ਸਾਈਫਰ ਕੇਸ ਦੂਜੇ ਵੀ ਬਣਾਏ ਹੋਏ ਨੇ ਪਰ ਪਹਿਲੀ ਜਿਹੜੀ ਇਹ ਰੈਸਕੂਸ ਕੇਸ ਚ ਹੁੰਦੀ ਹੈ ਉਹਦੇ ਚ ਇੱਕ ਸਟੇਜ ਤੇ ਤਾਂ ਬਹੁਤ ਥੋੜੇ ਪਰਸੈਂਟੇਜ 10 ਚ 15% ਜਮਾ ਕਰਕੇ ਜਿਹੜੀ ਵੀ ਉਹਦੀ ਕੀਮਤ ਜਿਹੜੇ ਮੌਕੇ ਦੇ ਨੇ ਉਹਨਾਂ ਦੇ ਸਰਕਾਰੀ ਅਧਿਕਾਰੀ ਪਾਉਂਦੇ ਸੀ ਤੁਸੀਂ ਉਹਨੂੰ ਲੈ ਸਕਦੇ ਸੀ ਫਿਰ ਜਦੋਂ ইমরান ਖਾਨ ਦੀ ਹਕੂਮਤ ਵੇਲੇ ਉਹ अमाउंट ਵਧਾਇਆ ਗਿਆ ਕਿ ਭਾਈ ਨਹੀਂ 80% 40 ਜਾਂ 50% ਤੁਹਾਨੂੰ ਦੇਣਾ ਪੈਂਦਾ ਸੀ ਪਰ ਉਸ ਦੇ ਉੱਤੇ ਵੀ ਸਵਾਲ ਇਸ ਲਈ ਚੁੱਕੇ ਗਏ ਉਹਨਾਂ ਨੇ ਕਿਹਾ ਜੀ ਜਿਹੜੀ ਕੀਮਤ ਪਾਈ ਗਈ ਔਰ ਉਹ ਘੜੀ ਸੀ ਸ਼ਾਇਦ 사우ਦੀ ਅਰੇਬੀਆ ਦੇ ਵਾਲਿਆਂ ਨੇ ਗਿਫਟ ਕੀਤੀ ਉਹ ਉਹਦੀ ਕੀਮਤ ਬਹੁਤ ਜ਼ਿਆਦਾ ਸੀ ਕਿਉਂਕਿ ਜਦੋਂ ਵੇਚੀ ਗਈ ਉਸ ਦੇ ਉੱਤੇ ਜਿੰਨੀ ਕੀਮਤ ਆਈ ਉਹ ਜਦੋਂ ਖਰੀਦੀ ਗਈ ਉਸ ਤੋਂ ਬਹੁਤ ਘੱਟ ਸੀ ਉਹਨਾਂ ਨੇ ਹੁਣ ਇਹ ਹੈ ਜੀ ਕਿ ਜਾਣ ਕੇ ਹਾਲਾਂ ਨਾ ਉਹ ਮੂਲ ਪਾਉਣ ਵਾਲਿਆਂ 'ਚ Imran Khan ਦਾ ਕੋਈ ਰੋਲ ਹੈ ਉਨੇ ਜੋ ਵੀ ਕੀਤਾ ਇਲੀਗਲ ਨਹੀਂ ਕੀਤਾ ਪਰ ਜਦੋਂ ਤੁਸੀਂ ਕਿਸੇ ਦੇ ਕੇਸ ਹੀ ਬਣਾਣਾ ਸੋ ਇਸ ਮਾਮਲੇ ਚ ਸਾਨੂੰ ਨਹੀਂ ਲੱਗਦਾ ਕਿ ਬਈ ਈਵਨ ਜਿਹੜਾ ਇਹ ਦਰਬਾਰ ਸਾਹਿਬ ਦਾ ਮਾਡਲ ਹੈ ਇਹਦੀ ਮਾਰਕੀਟ ਵੈਲਿਊ ਵੀ ਮੈਨੂੰ ਨਹੀਂ ਪਤਾ ਵੀ ਅੱਜ ਕੱਲ ਕੀ ਨੇ ਕਿ ਈਵਨ ਇਹਨੂੰ ਆਕਸ਼ਨ ਦੇ ਲਈ ਰੱਖਣਾ ਵੀ ਬਣਦਾ ਕਿਉਂਕਿ ਜੇ 5000 ਰੁਪਈਆ ਉਹਨਾਂ ਦੀ ਕੀਮਤ ਪਾਏ ਕੋਈ ਸੋਨੇ ਦਾ ਤਾਂ ਨਹੀਂ ਬਣਿਆ ਹੋਇਆ ਉਹ ਤਾਂ 골ਡ ਪਲੇਟਿਡ ਹੀ ਜਿਹੜਾ ਉਸ ਨੂੰ ਗੀਗਾਂ ਨੇ سونے ਦਾ ਪਾਣੀ ਚਾੜਨ ਵਾਲੀ ਗੱਲ ਹੀ ਲੇਕਿਨ ਜੇ ਤੁਸੀਂ ਜ਼ਜ਼ਬਾਤਾਂ ਦੀ ਜਾਂ ਦੂਜੇ ਦੀ ਗੱਲ ਕਰੋ ਫੇਰ ਇਹ ਬਹੁਤ ਅਹਿਮियत ਵਾਲੀ ਗੱਲ ਹੈ ਜੇ ਉਹਨੂੰ ਇਸ ਗੱਲ ਦੀ ਜਿਹੜੀ ਥੋੜੀ-ਬਹੁਤ ਵੀ ਇਹ ਹੋਏ ਪਰ ਜੇ ਤੁਹਾਡਾ ਮਕਸਦ ਹੀ ਜ਼ਖਮਾਂ ਤੇ ਲੂਣ ਛਿੜਕਣੈ ਸੋ ਉਹਨਾਂ ਨੇ ਥੱਲੇ ਕੋਟ ਵੀ ਕੀਤਾ ਵੀ ਇੰਟਰਨੈਟ ਤੋਂ ਜਿਹੜੀ ਉਹਨਾਂ ਨੂੰ ਜਾਣਕਾਰੀ ਮਿਲੀ ਕਿ 23 ਦਿਨਾਂ ਦੇ ਵਿੱਚ ਵਿੱਚ ਜਿਹੜਾ ਉਹ ਉਹਨਾਂ ਨੂੰ ਜਮ੍ਹਾਂ ਕਰਾਉਣਾ ਪੈਂਦਾ ਹੈ ਤੇ 5000 ਤੋਂ ਘੱਟ ਤੱਕ ਦਾ ਉਹ ਰੱਖ ਸਕਦੇ ਨੇ ਔਰ ਉਹਨਾਂ ਨੇ ਇਹ ਵੀ ਪੁੱਛਿਆ ਵੀ ਕੀ ਇਹ ਸਿਰਫ ਦੂਜੇ ਦੇਸ਼ਾਂ ਤੋਂ ਮਿਲੇ ਤੋਹਫਿਆਂ ਦੇ ਲਾਗੂ ਹੁੰਦੀ ਹੈ ਜਾਂ ਕੰਟਰੀ ਚ ਇਹ ਹਰ ਕਿਸਮ ਦੇ ਤੋਹਫਿਆਂ ਦੇ ਲਾਗੂ ਹੁੰਦਾ ਹੈ ਔਰ ਇਹ ਵਿਦਰ ਅਮਰੀਕਾ ਵੀ ਜਦੋਂ ਇਹ ਵਿਜ਼ਿਟ ਕਰਦੇ ਨੇ ਜਾਂ ਦੂਜੇ ਇਹ ਵੀ ਇੱਕ ਨiyet ਜਿਹੜੀ ਹੈ ਕਿਸੇ ਚੀਜ਼ ਨੂੰ ਲੈ ਸਕਦੇ ਨੇ ਜਿਹਦੇ ਚ ਕੋਈ ਪਰਸਨਲਾਈਜ਼ ਹੋਏ ਔਰ ਕਟ ਕੀਮਤ ਹੋਏ ਹਰ ਇੱਕ ਨੇ ਹਰ ਹਰ ਇੱਕ ਮੁਲਕ ਨੇ ਆਪੋ ਆਪਣੇ ਢੰਗ ਨਾਲ ਇਹ ਨੂੰ ਕੀਤਾ ਹੈ ਲੇਕਿਨ ਇਸ ਨਾਲੋਂ ਵੀ ਜਿਹੜਾ ਇਹ 파ਟ ਤਾਂ ਹੈ ਹੀ ਹੈ ਅਸੀਂ ਇਹ ਦੇਖ ਰਹੇ ਹਾਂ ਵੀ ਇੱਕ ਪਾਸੇ ਅਪਮਾਨ ਦਾ ਦੌਰ ਚੱਲ ਰਿਹਾ ਹੈ ਜਿਵੇਂ ਉਹ ਤੁਹਾਡੇ ਜ਼ਖਮਾਂ ਤੇ ਲੋਨ ਛਿੜਕ ਰਹੇ ਨੇ ਦੂਸਰੇ ਪਾਸੇ ਪੋਪ ਲੀਲਾ ਹੁਣ ਜੇ ਤੁਸੀਂ ਪੋਪ ਦੇਖੋ ਜਦੋਂ ਨਿਕਲਦਾ ਉਹ ਪੋਪ ਲੀਲਾ ਲਫ਼ਜ਼ ਉੱਥੋਂ ਹੀ ਆਇਆ ਕਿ ਭਈ ਤੁਮ ਤੜਕਾ ਇਹ ਉਹ ਅਸਲੀ ਹੁਣ ਜਦੋਂ ਅਸੀਂ ਗੁਰੂ ਗੁਰਦੁਆਰਾ ਗੁਰੂ ਦਰਬਾਰ ਜਾਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਕਾਲ ਤਖ਼ਤ ਉਸ ਦਾ ਦੇ ਇਹ ਸਾਡੇ ਹੁਣ ਅੰਮ੍ਰਿਤਸਰ ਸਿਫਤੀ ਦਾ ਘਰ ਇਹ ਰੋਹਾਨੀਅਤ ਦੇ ਸੂਮੇ ਨੇ ਬਿਲਕੁਲ ਇਹ ਦੁਨੀਆਦਾਰੀ ਦੇਖ ਦਿਖਾਵਾ ਇਹ ਦੀਵਾਲੀ ਵੀ ਕਦੋਂ ਮੈਂ ਪਿਛਲੇ ਦਿਨਾਂ ਵਿੱਚ ਕੋਈ ਡਿਬੇਟ ਕਿਸੇ ਗੱਲ ਤੇ ਚੱਲ ਰਹੀ ਸੀ ਮੈਂ ਕਿਹਾ ਤੁਹਾਨੂੰ ਇਹ ਨਹੀਂ ਸ਼ਾਇਦ ਪਤਾ ਕਿ ਅੰਮ੍ਰਿਤਸਰ ਚ ਤਾਂ ਬਿਜਲੀ ਲੱਗਣੀ ਚਾਹੀਦੀ ਹੈ ਕਿ ਨਹੀਂ ਜਦੋਂ ਪਹਿਲੀ ਵਾਰੀ ਜਨਰੇਟਰ ਲਾ ਕੇ ਮਹਾਰਾਜਾ ਨਾਭਾ ਨੇ 19ਵੀਂ ਸਦੀ ਅਖੀਰ ਚ ਲਾਇਆ ਅਗਲੇ 30 ਸਾਲ ਸਿੱਖਾਂ ਜਿਸ ਗੱਲ ਤੇ ਹੀ ਡਿਬੇਟ ਰਹੀ ਕਿ ਵੀ ਬਿਜਲੀ ਲਗਣੀ ਚਾਹੀਦੀ ਹੈ ਕਿ ਨਹੀਂ ਜੇ ਉਹ ਕਿਸੇ ਨੇ ਕੋਈ ਆਰਗੂਮੈਂਟ ਦਿੱਤਾ ਫਿਰ ਬਿਜਲੀਆਵਾੜਾ ਹੋ ਗਿਆ ਜੀ ਰੌਸ਼ਨੀ ਹਾਲਾਂ ਅਸੀਂ ਜਿਹੜਾ ਉਹ ਦੀਵੇ ਬਾਲਣ ਤੱਕ ਤਾਂ ਜਿਹੜਾ ਉਹ ਇੱਕ ਖੁਸ਼ੀ ਦੇ ਇਜ਼ਹਾਰ ਦੀ ਗੱਲ ਸੀ ਲੇਕਿਨ ਹੁਣ ਜਿਸ ਕਿਸਮ ਦਾ ਹੌਲੀ ਹੌਲੀ ਹੌੜੀ ਉਹਦੇ ਚ ਆਤਿਸ਼ਬਾਜ਼ੀ ਸ਼ਾਮਲ ਹੋ ਗਈ ਜਨਾਂ ਦੇ ਨਾਲ ਜੋੜ ਕੇ ਚਲੋ ਜਲਵਾ ਇੱਕ ਹਿੱਸਾ ਸੀ ਕਿ ਵੀ ਖਾਸ ਮੌਕਿਆਂ ਤੇ ਜਿਵੇਂ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਗੁਰੂ ਨਾਨਕ ਸਾਹਿਬ ਦਾ ਜਾਂ ਦੋ ਚਾਰ ਹੋਰ ਮੌਕਿਆਂ ਤੇ ਜਿਹੜੀਆਂ ਗਿਫਟਸ ਦੋਸ਼ਾ ਖਾਨਾ ਦੇ ਵਿੱਚ ਪਈਆਂ ਨੇ ਦਰਬਾਰ ਦੇ ਜਿਹੜਾ ਬਹੁਤ ਸਾਰਾ ਤਾਂ ੁੱਟ ਕੇ ਲੈ ਗਏ ਜੂਨ 84 ਚ ਉਹ ਦਿਖਾਈਆਂ ਜਾਂਦੀਆਂ ਸੀ ਫੇਰ ਚਲੋ ਇਥੋਂ ਦਾ ਕਾਗਿਆ ਜੀ ਦੀਵਾਲੀ ਆਤਿਸ਼ਬਾਜ਼ੀ ਲੋਕ ਦੇਖਣ ਹੁਣ ਉਹਨਾਂ ਨੇ ਐਵਰੀ ਡੇ ਇਵੇਂ ਬਣਾ ਦਿੱਤਾ ਹੁਣ ਸੀਕ ਹੈ ਜੀ ਫੁੱਲ ਕਿੱਥੋਂ ਆਏ ਥਾਈਲੈਂਡ ਤੋਂ ਆਏ ਕਿੱਥੋਂ ਆਏ ਫਰਾਨਾ ਬੰਬੇ ਤੋਂ ਆ ਗਏ ਇੰਪੋਰਟ ਕੀਤੇ ਇੰਨੇ ਟਨ ਇੰਨੇ ਕੁਇੰਟਰ ਹੁਣ ਪਹਿਲੀ ਵਾਰ ਇਹ ਹੋਇਆ ਕਿ ਜੀ ਫਲਾਣੇ ਨੇ ਕਿਹਾ ਜੀ ਮੈਂ ਆਪਣੀ ਮਾਤਾ ਪਿਤਾ ਦੀ ਯਾਤ ਹੈਲੀਕਾਪਟਰ ਦੇ ਨਾਲ ਫੁੱਲ ਵਰਸਾਣੇ ਨੇ ਜੀ ਅੱਜ ਦੋ ਤਿੰਨ ਕੋਰਲਾ ਮੈਨੂੰ ਇਸ ਤੇ ਆਏ ਆ ਇੱਕ ਬੀਬੀ ਜੀ ਹਾਲਾਂ ਜਿਹੜੇ ਉਹ ਕੋਈ ਬਹੁਤ ਧਾਰਮਿਕ ਮਾਈਂਡ ਨਹੀਂ ਨੇ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਡਾਕਟਰ ਸਾਹਿਬ ਇਹ ਅਸੀਂ ਇਹ Hindu ਨਹੀਂ ਬਣਦੇ ਜਾ ਰਹੇ ਮੈਂ ਕਿਹਾ ਜੀ ਤੁਹਾਨੂੰ ਤੁਹਾਡੇ ਤਾਂ ਕਦੇ ਇਸ ਪਾਸੇ ਕੋਈ ਬਹੁਤਾ ਹੈ ਨਹੀਂ ਨਹੀਂ ਕਹਿੰਦੇ ਮੈਨੂੰ ਵੀ ਲੱਗਾ ਕਿ ਵੀ ਇਹ ਹੈਲੀਕਾਪਟਰ ਤੇ ਇਹ ਇਹ ਕੰਮ ਤਾਂ ਇਦਾਂ ਦੀਆਂ ਲੀਲਾਵਾਂ ਇਹੀ ਲੋਕ ਕਰਦੇ ਨੇ ਮੈਂ ਕਿਹਾ ਜੀ ਹੁਣ ਜਿਨ੍ਹਾਂ ਦੇ ਹੱਤਵਾਸ ਪਏ ਆ ਉੱਥੇ ਬੈਠੇ ਉਹਨਾਂ ਦੇ ਉਸ ਕਿਸਮ ਦੇ ਲੋਕ ਹਾਲਾਂ ਇੱਕ ਹੋਰ ਵੀਰ ਬਲਵਿੰਦਰਪਾਲ ਸਿੰਘ ਦੀ ਸੀ ਉਹਨਾਂ ਨੇ ਕਿਹਾ ਜੀ ਉਸ ਤੋਂ ਪਹਿਲਾਂ ਜਿਹੜੇ ਜਹਾਜ਼ ਉੱਤੇ ਹੂਕੇ ਨੇ ਉਹ ਤਾਂ ਜੂਨ 84 ਚ ਕੂਕੇ ਆ ਉੱਤੇ ਆ ਕੇ ਵੀ ਹੈਲੀਕਾਪਟਰ ਤੁਸੀਂ ਲਿਆਣਾ ਕੱਲ ਨੂੰ ਤੁਹਾਡਾ ਸਿਕਿਉਰਟੀ ਰੈਜ ਐਕਸੀਡੈਂਟ ਉਹਨਾਂ ਨੇ ਕਿਹਾ ਜੀ ਕੋਈ ਜਿਹੜਾ ਗੈਰ ਸਿੱਖ ਜਾਂ ਸਿੱਖੀ ਨਾਲ ਦੁਸ਼ਮਣੀ ਕਰਨ ਵਾਲਾ ਉਹ ਉਸ ਦਾ ਉਹਨੂੰ ਹੀ ਡੈਮੇਜ ਕਰੇ ਆਖੇ ਦਰਬਾਰ ਸਾਹਿਬ ਨੂੰ ਜਾਂ ਦੂਜੇ ਨੂੰ ਮੈਂ ਕਹਾਂ ਜੀ ਇਹਨਾਂ ਨੂੰ ਜਿਹੜੇ ਵਿਖੇ ਹੋਏ ਲੋਕ ਨੇ ਜਿਨ੍ਹਾਂ ਦਾ ਕੰਮ ਹੁਣ ਇਸ ਕਿਸਮ ਦੇ ਜਿਹੜੇ ਉਹ ਪਿੱਛੇ ਜਾਏ ਕੋ ਫਰਾਡੀਆਂ ਜਾਂ ਸਾਧ ਆ ਕੇ ਅੰਦਰ ਇਤਰ ਛਿੜਕ ਰਿਹਾ ਹੈ ਪਤ ਨਹੀਂ ਕੀ ਕਰ ਰਿਹਾ ਹੈ ਸੰਗਤ ਨੂੰ ਉਠਾ ਰਹੇ ਨੇ ਸੋ ਇਹ ਸਾਰਾ ਕੁਝ ਐਸਾ ਚੱਲ ਰਿਹਾ ਲੈ ਦੇ ਕੇ ਤੁਸੀਂ ਵੀਆਈਪੀ ਦਾ ਰਾਹ ਬਣਾ ਦਿੱਤਾ ਹੈ ਉਦੇ ਦੇਖੋ ਦੇਖੀ ਐ ਕਿ ਇਹ ਹੋਇਆ ਤਖਤ ਪਟਨਾ ਸਾਹਿਬ ਪਿਛਲੇ ਦਿਨਾਂ ਅਜ ਪ੍ਰੈਜ਼ੀਡੈਂਟ ਗਈ ਆ ਰਾਸ਼ਟਰਪਤੀ ਉੱਥੇ ਸੰਗਤ ਨੂੰ ਰੋਕ ਦਿੱਤਾ ਗਿਆ ਅੰਦਰ ਸੋ ਇਹ ਜਿਸ ਪਾਸੇ ਨੂੰ ਜਾ ਰਹੇ ਨੇ ਇਹ ਹਿੰਦੂ ਮੰਦਰਾਂ ਵਾਂਗੀ ਇਸ ਨੂੰ ਇਹਨਾਂ ਨੇ ਹਰਮੰਦਰ ਸਾਹਿਬ ਔਰ ਇਹ ਸਾਰੇ ਨੂੰ ਵੀ ਉਸ ਲਾਈਨ ਦੇ ਉੱਤੇ ਖੜਾ ਕਰ ਦਿੱਤਾ ਲਿਆ ਕੇ ਸੋ ਇਸ ਦੇ ਉੱਤੇ ਜਾਗਰੂਕਤਾ ਕਿੰਨੀ ਅਸੀਂ ਗੱਲ ਕਰ ਸਕਦੇ ਲੇਕਿਨ ਇਹ ਬਹੁਤ ਕੁਝ ਜੁੜਿਆ ਹੋਇਆ ਹੈ ਰਾਜ ਸ਼ਕਤੀ ਦੇ ਨਾਲ ਜਿਵੇਂ ਦੇ ਬੰਦੇ ਉਹਨਾਂ ਨੇ ਉੱਥੇ ਖੜੇ ਕੀਤੇ ਹੋਏ ਨੇ ਉਹ ਇਵੇਂ ਹੀ ਲਗਾਤਾਰ ਤਾਣਾੜ ਮਰਿਆਦਾ ਦਾ ਵੀ ਘਾਣ ਕਰਨਗੇ ਸਾਡੇ ਜ਼ਖਮਾਂ ਤੇ ਵੀ ਲਗਾਤਾਰ ਲੂਣ ਛਿੜਕਣਗੇ ਜਦੋਂ ਤੱਕ ਅਸੀਂ ਇਹਨਾਂ ਤੋਂ ਆਪਣਾ ਖਹਿੜਾ ਨਹੀਂ ਛਡਾ ਲੈਂਦੇ ਆਜ਼ਾਦ ਮੁਲਕ ਖਾਲਸਤਾਨ ਅਸੀਂ ਤਾਮੀਰ ਨਹੀਂ ਕਰ ਲੈਂਦੇ ਜੀ ਰਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿਨਾਮ ਬ੍ਰੇਕ ਫਿਓਰਸ ਤੁਸੀਂ ਕਿਤੇ ਨਹੀਂ ਜਾਣਾ ਅਸੀਂ ਆਫਟਰ ਦਿਸ ਸ਼ਾਰਟ ਬ੍ਰੇਕ